ਪਰ ਪ੍ਰੋਫੈਸਰ ਸਾਹਿਬ, ਤੁਸੀਂ ਇਹ ਦੱਸੋ ਕਿ ਹੁਣ ਜੋ ਟੋਰਾਂਟੋ ਦੇ ਵਿੱਚ ਜੋ ਕੁਝ ਹਾਲਾਤ ਹੋਏ ਨੇ, ਕਿਆ ਇਹਨੂੰ ਅਵੋਇਡ ਨਹੀਂ ਕੀਤਾ ਜਾ ਸਕਦਾ ਸੀਗਾ, ਜਾਂ ਜੋ ਕੁਝ ਇੱਥੇ ਹੋਇਆ ਇਹਨੂੰ ਤੁਸੀਂ ਕਿਸੇ ਤਰ੍ਹਾਂ ਜੇ ਅਵੋਇਡ ਕਰ ਲੈਂਦੇ ਹੋ? ਉਹਨਾਂ ਲੋਕਾਂ ਕੋਲੋਂ ਪੁੱਛੋ ਜਿਹੜੇ ਕੀਰਤਨ ਕਰਨ ਵਿੱਚ ਆ ਕੇ ਬਾਹਰੋਂ ਤਲਵਾਰਾਂ ਚੁੱਕ ਕੇ ਅਤੇ ਬਾਹਰੋਂ ਕਿਰਪਾਨਾਂ ਚੁੱਕ ਕੇ ਉੱਥੇ ਮੁਦਾਖਲਤ ਕੀਤੀ, ਜਿਨ੍ਹਾਂ ਨੇ ਆ ਕੇ ਦਖਲਅੰਦਾਜ਼ੀ ਉਹਨਾਂ ਨੇ ਕੀਤੀ, ਹਾਲਾਤ ਉਹਨਾਂ ਨੇ ਖਰਾਬ ਕੀਤੇ, ਨਾ ਕਿ ਜਿਹੜਾ ਕਿਸੇ ਦੇ ਬੁਲਾਇਆ ਹੋਇਆ ਆਪਣੇ ਆਪਣੇ ਹੱਕਾਂ ਦੇ ਅਨੁਸਾਰ ਜਾ ਕੇ ਕੀਰਤਨ ਕਰਦਾ ਹੈ, ਉਹਨੂੰ ਕੌਣ ਰੋਕ ਸਕਦਾ? ਇਹਦਾ ਮਤਲਬ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਚਾਰ ਆਦਮੀ ਪਿੱਛੇ ਬੈਠੇ ਜੋ ਮਰਜ਼ੀ ਲਿਖ ਕੇ ਅਤੇ ਸਾਰੀ ਦੁਨੀਆ ਦੇ ਧਾਰਮਿਕ ਮਸਲੇ ਕੰਟਰੋਲ ਕਰ ਲੈਣ ਅਤੇ ਸਭ ਦੁਨੀਆ ਕੋਲੋਂ ਧਾਰਮਿਕ ਆਜ਼ਾਦੀ ਦਾ ਹੱਕ ਖੋਹ ਲੈਣ? ਜੀ, ਫਰੀਡਮ ਆਫ ਸਪੀਚ ਤੇ ਅਸੀਂ ਖੁਦ ਉਹਨੂੰ, ਕਿਉਂਕਿ ਖੁਦ ਇੱਕ ਜਰਨਲਿਸਟ ਹੋਣ ਦੇ ਨਾਤੇ, ਕਿਵੇਂ ਫਿਰ ਤੁਸੀਂ ਕਿਵੇਂ ਇਹ ਪੁੱਛ ਸਕਦੇ ਹੋ ਤੁਹਾਡੇ ਆਉਣ ਨਾਲ ਕਿ ਮੈਂ ਕਿਸੇ ਨੂੰ ਗਾਲ ਕੱਢੀ, ਮੈਂ ਕਿਸੇ ਨੂੰ ਮੰਦਾ ਕੱਢਿਆ, ਮੈਂ ਕਿਸੇ ਦੇ ਘਰ ਵਿੱਚ ਕੋਈ ਮੁਦਾਖਲਤ ਕੀਤੀ? ਮੈਨੂੰ ਉਹਨਾਂ ਨੇ ਬੁਲਾਇਆ, ਹਾਲਾਂਕਿ ਮੈਂ ਪਹੁੰਚਿਆ ਵੀ ਨਹੀਂ ਉੱਥੇ। ਫਿਰ ਵੱਡੀ ਚੀਜ਼ ਹੈ ਕਿ ਮੈਂ ਤਾਂ ਅਜੇ ਪਹੁੰਚਿਆ ਵੀ ਨਹੀਂ ਸਾਂ, ਉਹਨਾਂ ਆ ਕੇ ਪਹਿਲਾਂ ਉੱਥੇ ਇਹ ਹਰਬਾ ਵਰਤਿਆ। ਤਾਂ ਇਹ ਤਾਂ ਇੱਕ ਪਿੱਛੋਂ ਗਿਣੀ ਮਿੱਥੀ ਸਾਜਿਸ਼ ਚੱਲ ਰਹੀ ਹੈ ਤਾਂ ਕਿ ਧਾਰਮਿਕ ਆਜ਼ਾਦੀ ਖੋਈ ਜਾਏ, ਧਰਮ ਨੂੰ ਗਿਰਵੀ ਰੱਖ ਕੇ ਇਸ ਵੇਲੇ ਰਾਜਨੀਤਿਕ ਕਮਾਂਡ ਦਾ ਇੱਕ ਮਸਲਾ ਸਾਡੇ ਸਾਹਮਣੇ ਆ, ਜਿਹਦੇ ਤੋਂ ਕੌਮ ਨੂੰ ਬਚਣ ਦਾ ਇੱਕੋ ਤਰੀਕਾ, ਜਿੰਨੀ ਦੇਰ ਕੌਮ ਇਹਨਾਂ ਦੀ ਇਸ ਵੈਲਿਊਜ਼ ਨੂੰ ਆਪਣੇ ਹੱਥ ਨਹੀਂ ਲੈਂਦੀ, ਸਰਬੱਤ ਖਾਲਸੇ ਵਿੱਚ ਨਹੀਂ ਲੈਂਦੀ, ਇਹ ਜਥੇਦਾਰ ਜਿਹੜੇ ਨੇ ਉਹ ਮਤ ਸਮਝੋ ਇੱਕ ਭੁਲੇਖਾ ਆਮ ਪਬਲਿਕ ਵਿੱਚ ਇਹ ਪਾਇਆ ਜਾ ਰਿਹਾ ਕਿ ਅਸੀਂ ਜਥੇਦਾਰ ਜਿਹੜਾ ਇੱਕ ਮੁਲਾਜ਼ਮ ਹੈ, ਇੱਕ ਸਿਆਸੀ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲਾ ਮੁਲਾਜ਼ਮ ਹੈ ਉਹਨਾਂ ਦਾ, ਉਹਨਾਂ ਕੋਲੋਂ ਅਸੀਂ ਉਹਨਾਂ ਨੂੰ ਅਸੀਂ ਅਕਾਲ ਤਖਤ ਦਾ ਨਾਮ ਦੇ ਦਈਏ। ਮੈਂ ਕਹਿੰਦਾ ਸਭ ਤੋਂ ਵੱਡੀ ਇਹ ਹੀ ਅਕਾਲ ਤਖਤ ਦੀ ਬੇਅਦਬੀ ਹੈ ਕਿ ਇੱਕ ਨੌਕਰ ਵਿਅਕਤੀ ਮੁਲਾਜ਼ਮ ਨੂੰ ਅਸੀਂ ਜਥੇਦਾਰ ਅਕਾਲ ਤਖਤ ਦਾ ਨਾਮ ਦੇ ਰਹੇ ਹਾਂ। ਨਹੀਂ, ਅਕਾਲ ਤਖਤ ਇੱਕ ਰੱਬੀ ਸਿਧਾਂਤ ਹੈ, ਉਹ ਸੱਚ ਅਤੇ ਨਿਆਂ ਦਾ ਸਿਧਾਂਤ ਹੈ, ਉਹਦੇ ਅੱਗੇ ਹਰ ਸਿੱਖ ਦਾ ਸੀਸ ਝੁਕਦਾ ਹੈ। ਇਸੇ ਲਈ ਮੈਂ ਵੀ ਜਦੋਂ ਇਹਨਾਂ ਨੇ ਅਕਾਲ ਤਖਤ 'ਤੇ ਮੈਨੂੰ ਬੁਲਾਇਆ ਮੈਂ ਹਾਜ਼ਰ ਹੋਇਆ, ਪਰ ਜਥੇਦਾਰ ਅਕਾਲ ਤਖਤ ਨਹੀਂ, ਜਥੇਦਾਰ ਇਸ ਵੇਲੇ ਇੱਕ ਪਰਿਵਾਰ ਦਾ ਜਿਹੜੀ ਰਾਜਨੀਤੀ ਹੈ ਉਹਦਾ ਇੱਕ ਹਥਿਆਰ ਹੈ, ਅਸੀਂ ਉਸ ਹਥਿਆਰ ਦੇ ਸਾਹਮਣੇ ਸਿਰ ਝੁਕਾ ਕੇ ਆਪਣਾ ਸਿਰ ਪੇਸ਼ ਨਹੀਂ ਕਰਨਾ। ਜਿੰਨੀ ਦੇਰ ਅਸੀਂ ਇਸ ਅਣਗਹਿਲੀ ਅਤੇ ਇਸ ਅਪਹੋਲ ਸੋਚ ਨਾਲ ਉਹਨੂੰ ਅਕਾਲ ਤਖਤ ਅਕਾਲ ਤਖਤ ਮੰਨ ਕੇ ਤੁਰੇ ਜਾਵਾਂਗੇ, ਹਾਂ ਸਾਜਿਸ਼ਕਾਰ ਲੋਕ ਜ਼ਰੂਰ ਉਸ ਜਿਹੜਾ ਹੈਗਾ ਪੂਰਨਾਮੇ ਨੂੰ ਜਾਂ ਦੂਜੇ ਲਫਜ਼ਾਂ ਵਿੱਚ ਗਿੱਦੜ ਪਰਵਾਣੇ ਨੂੰ ਲੈ ਕੇ ਤੁਰੇ ਫਿਰਦੇ ਨੇ, ਪਰ ਮੈਂ ਸਮਝਦਾ ਕਿ ਜਿਹੜਾ ਵੀ ਸੱਚ ਨੂੰ ਪਰਖਣ ਵਾਲਾ ਅਤੇ ਸੱਚ ਨੂੰ ਸਮਝਣ ਵਾਲਾ ਸਿੱਖ ਹੈ ਉਹਨੂੰ ਪਤਾ ਹੈ ਕਿ ਜਥੇਦਾਰ ਅਕਾਲ ਤਖਤ ਨਹੀਂ ਹੁੰਦਾ, ਜਥੇਦਾਰ ਇੱਕ ਮੁਲਾਜ਼ਮ ਹੈ। ਅੱਜ ਦੇ ਹਾਲਾਤਾਂ ਵਿੱਚ ਤਾਂ ਸਾਡੀ ਬਦਕਿਸਮਤੀ ਹੈ, ਉਹਨੂੰ ਜਿਵੇਂ ਸਿਆਸੀ ਲੋਕ ਚਾਹੁਣ ਉਵੇਂ ਵਰਤ ਰਹੇ ਨੇ, ਮੇਰਾ ਅਗਲਾ ਸਵਾਲ ਇਹ ਆਪਣੇ ਹਰ ਵਿਰੋਧੀ ਨੂੰ ਕਿਨਾਰੇ ਲਾਉਣ ਲਈ ਇਸ ਵੇਲੇ ਉਹ ਹਥਿਆਰ ਵਜੋਂ ਜਥੇਦਾਰ ਨੂੰ ਵਰਤ ਰਹੇ ਨੇ। ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਕਿ ਆਹ ਮੈਂ ਪੇਸ਼ ਹੋਇਆ ਜਿੱਥੋਂ ਤੱਕ ਅਕਾਲ ਤਖਤ ਦਾ ਮਸਲਾ ਸੀ, ਉੱਥੇ ਮੈਂ ਬਿਲਕੁਲ ਮੂੰਹ ਨਹੀਂ ਮੋੜਿਆ, ਪੇਸ਼ ਹੋਇਆ। ਔਰ ਉਸ ਤੋਂ ਬਾਅਦ ਅਜੀਬ ਗੱਲ ਹੈ, ਇਸ ਪੇਸ਼ੀ ਤੋਂ ਬਾਅਦ ਫਿਰ ਆ ਪੜ੍ਹ ਲਓ, ਜਿਹੜਾ ਬੰਦਾ ਅਕਾਲ ਤਖਤ 'ਤੇ ਖਲੋ ਕੇ ਆ ਕੇ ਝੂਠ ਬੋਲ ਜਾਂਦਾ ਭਰੀ ਸੰਗਤ ਵਿੱਚ, ਉਹਨੂੰ ਜਥੇਦਾਰ ਕਿਵੇਂ ਮੰਨਿਆ ਜਾਏ? ਅਜੀਬ ਘਟਨਾ ਇਹ ਹੈ। ਆਹ ਹੁਣ ਇਸ ਤੋਂ ਅਗਲਾ ਹੁਕਮਨਾਮਾ ਉਸੇ ਦਿਨ ਦਾ ਜਿਸ ਦਿਨ ਪੇਸ਼ੀ ਹੈ, ਉਸੇ ਦਿਨ ਦਾ 5 ਦਸੰਬਰ ਦਾ ਹੁਕਮਨਾਮਾ ਹੈ, ਉਹਦੇ 'ਚ 15 ਮਿੰਟ ਬਾਅਦ ਆ ਕੇ, ਅੱਧੇ ਘੰਟੇ ਬਾਅਦ ਆ ਕੇ ਅਕਾਲ ਤਖਤ 'ਤੇ ਖਲੋ ਕੇ ਝੂਠ ਬੋਲਦੇ ਨੇ ਅਤੇ ਆਖਦੇ ਨੇ ਅਸੀਂ ਤਾਂ ਉੱਥੇ ਬੈਠੇ ਜੀ ਅਕਾਲ ਤਖਤ 'ਤੇ ਫਰਸ਼, ਫਿਰ ਨਾ ਵਰਤਦੇ ਨਾ ਲਫਜ਼, ਉੱਥੇ ਲਫਜ਼ ਵਰਤੇ ਨੇ ਵੇਚੂ, ਸਿੰਘ ਸਾਹਿਬਾਨ ਸ੍ਰੀ ਅਕਾਲ ਤਖਤ ਦਿੱਤੇ ਸਮੇਂ ਮੁਤਾਬਕ ਅਕਾਲ ਤਖਤ 'ਤੇ ਇੰਤਜ਼ਾਰ ਕਰਦੇ ਰਹੇ, ਉਹ ਨਹੀਂ ਆਇਆ। ਹੈਂ, ਇੰਨਾ ਝੂਠ! ਤੁਸੀਂ ਕਿਸੇ ਉਸ ਕੀ ਉਸ ਬੰਦ ਕਮਰੇ ਨੂੰ ਅਕਾਲ ਤਖਤ ਸਮਝਦੇ ਹੋ? ਅਸੀਂ ਉਸ ਨੂੰ ਅਕਾਲ ਤਖਤ ਨਹੀਂ ਮੰਨਦੇ, ਕੋਈ ਵੀ ਸਿਆਣਾ ਸਿੱਖ ਉਸ ਬੰਦ ਕਮਰੇ ਨੂੰ ਅਕਾਲ ਤਖਤ ਨਹੀਂ ਕਹਿ ਸਕਦਾ, ਕਿਉਂਕਿ ਮੈਂ ਇਸ ਤੋਂ ਬਾਅਦ ਇਸੇ ਲਈ ਆ 2 ਫੋਟੋਆਂ ਦਿੱਤੀਆਂ ਸਨ ਵਿੱਚ, ਆਹ ਉਹ ਬੰਦ ਕਮਰਾ ਹੈ। ਇਹ ਮੇਰਾ ਨਹੀਂ ਜੀ, ਆਮ ਵਿਊਰਸ ਦਾ ਜਾਂ ਕੁਝ ਲੋਕਾਂ ਦਾ ਇੱਕ ਸਵਾਲ ਹੈ, ਮੈਂ ਤੁਹਾਡੀ ਨਹੀਂ ਗੱਲ, ਇੱਕ ਮਿੰਟ, ਆਹ ਬੰਦ ਕਮਰੇ ਦੀ ਫੋਟੋ ਹੈ ਜਿੱਥੇ ਬੁਲਾਉਣਾ ਚਾਹੁੰਦੇ ਨੇ, ਆਹ ਅਕਾਲ ਤਖਤ ਦੀ ਫੋਟੋ ਹੈ। ਮੈਂ ਸੰਗਤ ਦੇ ਸਾਹਮਣੇ ਦੋਨੋਂ ਫੋਟੋਆਂ ਰੱਖ ਕੇ ਸਵਾਲ ਕਰਦਾ ਵੀ ਮੈਨੂੰ ਫੈਸਲਾ ਦੱਸੋ ਇਹਨਾਂ ਕੋਲ ਅਕਾਲ ਤਖਤ ਕਿਹੜਾ ਹੈ? ਇੱਥੇ ਮੈਂ ਪੇਸ਼ ਹੋਇਆ, ਇਹਨੂੰ ਮੈਂ ਅਕਾਲ ਤਖਤ ਮੰਨਦਾ ਨਹੀਂ। ਇਹ ਕਿਸ ਸੋਚ ਨਾਲ ਇਹ ਗੱਲ ਕਹਿੰਦੇ ਨੇ ਕਿ ਅਕਾਲ ਤਖਤ ਨਹੀਂ ਆ? ਕੁਝ ਸੰਗਤ ਦਾ ਇਹ ਵੀ ਸਵਾਲ ਹੈ ਕਿ ਜੇ ਤੁਹਾਨੂੰ ਜਿਨ੍ਹਾਂ ਨੇ ਅਕਾਲ ਤਖਤ 'ਤੇ ਤਲਬ ਕੀਤਾ ਸੀਗਾ, ਜੇ ਉਹ ਚਾਹੁੰਦੇ ਸੀਗੇ ਕਿ ਜੀ ਅੰਦਰ ਬੰਦ ਕਮਰੇ 'ਚ ਬਹਿ ਕੇ, ਬਜਾਏ ਇਹਦੇ ਕਿ ਬਾਹਰ ਤੁਹਾਡੇ ਨਾਲ ਵੀ ਕਾਫੀ ਸੰਗਤ ਸੀਗੀ, ਉੱਥੇ ਵੀ ਕੁਛ ਹੋਰ ਸੰਗਤ ਵੀ ਸੀਗੀ, ਐਵੇਂ ਕੋਈ ਮਸਲਾ ਵੱਧ ਜਾਂਦਾ, ਉਹਦੀ ਬਜਾਏ ਅੰਦਰ ਬੈਠ ਕੇ ਇਹਨੂੰ ਸੋਲਵ ਕੀਤਾ ਜਾਂਦਾ, ਔਰ ਜਿਨ੍ਹਾਂ ਨੇ ਤੁਹਾਨੂੰ ਬਲਕਿ ਅੰਦਰ ਬੈਠ ਕੇ ਸੌਦੇ ਹੁੰਦੇ ਨੇ, ਕਰਪਸ਼ਨ ਹੁੰਦੀ ਹੈ, ਅੰਦਰ ਬੈਠ ਕੇ ਕੌਮੀ ਸਿਧਾਂਤਾਂ ਦੇ ਫੈਸਲੇ ਨਹੀਂ ਹੁੰਦੇ,
ਇਹ ਸਾਡੀਆਂ ਅੱਜ ਕੱਲ੍ਹ ਅੱਜ ਤੱਕ ਦੀਆਂ ਜਿਹੜੀਆਂ ਹੈਗੀਆਂ ਨੇ ਇਹ ਸਾਰੇ ਇਤਿਹਾਸ ਨੂੰ ਗਲਤ ਕਰ ਦਿੰਦੇ ਹੋ। ਤੁਹਾਡੇ ਸਾਹਮਣੇ 12 ਮਿਸਲਾਂ ਦੇ ਵੇਲੇ ਸਾਰਾ ਖਾਲਸਾ ਪੰਥ ਜੰਗਲਾਂ ਵਿੱਚੋਂ ਆ ਕੇ ਇਕੱਠਾ ਹੁੰਦਾ ਰਿਹਾ ਦੀਵਾਲੀ ਨੂੰ ਵਿਸਾਖੀ ਨੂੰ, ਉਹ ਸਮਾਗਮ ਕਦੇ ਬੰਦ ਕਮਰਿਆਂ 'ਚ ਕਰਦੇ ਰਹੇ, ਹਾਲਾਂਕਿ ਵਿਰੋਧ ਵੀ ਹੁੰਦੇ ਸਨ, ਝਗੜੇ ਵੀ ਹੁੰਦੇ ਸਨ, ਇਖਤਲਾਫ ਵੀ ਹੁੰਦੇ ਸਨ, ਵੱਖ ਵੱਖ ਵਿਚਾਰਾਂ, ਲੇਕਿਨ ਸੰਗਤ ਵਿੱਚ ਬੈਠ ਕੇ ਓਪਨ ਵਿਚਾਰਾਂ ਹੁੰਦੀਆਂ ਨੇ ਤਾਂ ਕਿ ਪੰਥ ਪੰਥ ਦਾ ਸਥਾਨ ਹੋਵੇ, ਸੰਗਤ ਗਈ ਪੰਥ ਕਾਫੀ ਇਤਰਾਜ਼ ਹੈ। ਕੋਈ ਕਿਨ ਕਹੋਗੇ ਤੁਹਾਡੇ ਨਾਲ? ਕੋਈ ਮੇਰੇ ਨਾਲ ਤਾਂ ਪੁੱਛੋ, ਇਹਨਾਂ ਨੇ ਜਿਹੜੇ ਨਾਲ ਗਏ ਸਨ ਮੇਰੇ ਕੋਲ 20 ਆਦਮੀ, ਉਹ ਵੀ ਨਾਲ ਨਹੀਂ ਜਾਣ ਦਿੱਤੇ, ਕੇਵਲ 5 ਆਦਮੀ ਮੇਰੇ ਨਾਲ ਸਨ। ਇਹਨਾਂ ਨੇ ਸਾਰਾ ਘੇਰਾ ਪਾ ਕੇ ਉੱਥੋਂ ਦੀ ਟਾਸਕ ਫੋਰਸ ਨੇ ਸਭ ਨੂੰ ਵੱਖ ਕਰ ਦਿੱਤਾ ਸੀ। ਇਹ ਤਾਂ ਜਿਸ ਵੇਲੇ ਉੱਪਰ ਗਏ ਉਸ ਵੇਲੇ ਸੰਗਤ ਨਾਲ, ਜਿਸ ਵੇਲੇ ਨਹੀਂ ਆਏ 1.5 ਘੰਟਾ ਇਹਨਾਂ ਨੂੰ ਉਡੀਕਿਆ। ਅਸਲ 'ਚ ਵੀਰ ਜੀ, ਸਾਹਮਣੇ ਗੱਲ ਕਰਨ ਦੀ ਹਿੰਮਤ ਨਹੀਂ ਰੱਖਦੇ, ਕਿਉਂਕਿ ਝੂਠ ਕਦੀ ਵੀ ਸਾਹਮਣੇ ਨਹੀਂ ਆ ਸਕਦਾ। ਅੱਜ ਵੀ ਮੈਂ ਸੱਦਾ ਦੇਣਾ, ਆਪਦੇ ਝੂਠ ਦੀਆਂ ਚਿੱਠੀਆਂ ਵਾਪਸ ਲੈ ਲੈਣ, ਆ ਜਾਣਾ ਅਕਾਲ ਤਖਤ ਸਾਹਿਬ 'ਤੇ, ਜਿੱਥੇ ਇਹਨਾਂ ਦਿਲ 'ਚ ਮੈਂ ਹਾਜ਼ਰ ਹੁੰਦਾ, ਬੈਠ ਕੇ ਕੌਮ ਦੇ ਸਾਹਮਣੇ ਗੱਲ ਕਰਨ, ਜੇ ਇਹਨਾਂ ਕੋਲ ਜ਼ਰੂਰਤ ਹੋਵੇ, ਕਿਉਂਕਿ ਸੱਚ ਨਹੀਂ ਝੂਠ ਹੈ। ਇਹਨਾਂ ਨੂੰ ਪਤਾ ਸੀ ਕਿ ਅਸੀਂ ਇੱਕ ਗੱਲ ਦਾ ਵੀ ਜਵਾਬ ਨਹੀਂ ਦੇ ਸਕਾਂਗੇ, ਇਸ ਲਈ ਇਹਨਾਂ ਨੇ ਸੋਚਿਆ ਸੀ ਕਿ ਅੰਦਰ ਬੈਠ ਕੇ ਗੱਲ ਨਿਬੇੜ ਲਓ, ਕਿਸੇ ਨੂੰ ਪਤਾ ਨਾ ਲੱਗੇ, ਜੋ ਆਖਾਂਗਾ ਅਸੀਂ ਕਹਿ ਦਿਆਂਗੇ ਮਰਜ਼ੀ। ਸੋ ਇਹ ਗਿਣੀ ਮਿੱਥੀ ਸਾਜਿਸ਼ ਨਾਲ ਸਾਰਾ ਕੰਮ ਹੋ ਰਿਹਾ, ਇਸ ਸੱਚਾਈ ਨੂੰ ਛੁਪਾ ਕੇ ਕੇਵਲ ਸਿਆਸਤ ਪਾਲਣਾ ਚਾਹੁੰਦੇ। ਤੁਹਾਡੇ ਖਿਲਾਫ ਹੀ ਇਹ ਸਾਜਿਸ਼ ਕਿਉਂ ਕੀਤੀ ਜਾ ਰਹੀ? ਇਸ ਲਈ ਕਿਉਂਕਿ ਮੇਰੀ ਆਵਾਜ਼ ਥਾਂ ਥਾਂ ਪਹੁੰਚਦੀ, ਮੈਂ ਕਾਗਜ਼ ਦਾ ਇਸ਼ਤਿਹਾਰ ਨਹੀਂ ਜਿਹਨੂੰ ਪਾੜ ਦੇਣਗੇ। ਪ੍ਰੋਫੈਸਰ ਦਰਸ਼ਨ ਸਿੰਘ ਜੀ ਨਾਲ ਸਾਡੀ ਗੱਲਬਾਤ ਇਸੇ ਤਰ੍ਹਾਂ ਅਗਲੇ ਹਫ਼ਤੇ ਜਾਰੀ ਰਹੇਗੀ।